ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਾਡਾ ਪਹਿਲਾ ਵਲੋਗ ਆ, ਵੱਧ ਤੋਂ ਵੱਧ ਸਪੋਰਟ ਕਰਿਓ। ਸੋ ਅੱਜ ਅਸੀਂ ਤਖ਼ਤ ਸਾਹਿਬ 'ਤੇ ਮੱਥਾ ਟੇਕਣ ਜਾਵਾਂਗੇ, ਸੋਨੂੰ ਵੀ ਦਰਸ਼ਨ ਕਰਾਵਾਂਗੇ ਅਤੇ ਅੱਗੇ ਦੇਖਦਾ ਕੀ ਹੁੰਦਾ। ਸੋ ਚਲੋ ਚੱਲਦੇ ਹਾਂ। ਸਭ 'ਤੇ ਆ ਗਏ ਜੀ। ਚੱਲਦੇ ਆ ਤਖ਼ਤ ਸਾਹਿਬ ਦੇ, ਬਾਬਾ ਦੀਪ ਸਿੰਘ ਜੀ ਦਾ ਖੂਹ ਵੀ ਦਿਖਾਵਾਂਗੇ ਤੁਹਾਨੂੰ। ਚਲੋ ਬਾਬਾ ਦੀਪ ਸਿੰਘ ਜੀ ਦਾ ਖੂਹ। ਨਿਸ਼ਾਨ ਸਾਹਿਬ ਮੰਜੀ ਸਾਹਿਬ ਸਾਹਮਣੇ ਸਾਹਿਬ
ਮੱਥਾ ਟੇਕ ਲਿਆ ਸੀ, ਹੁਣ ਕਰੀਰਾਂ ਤੇ ਲੈ ਕੇ ਚੱਲਦੇ ਆ। ਚਲੋ ਕਰੀਰ ਤੇ ਚਲੋ ਦੇਖ ਲਈ। ਇੱਕ ਆ ਸੀ ਕਰੀਰ, ਆ ਦੇਖੋ ਜੀ ਡੇਲੇ ਲੱਗੇ ਹੋਏ ਆ। ਬਹੁਤ ਪੁਰਾਣੇ ਨੇ। ਚਲੋ ਹੁਣ ਚੱਲਦੇ ਹਾਂ ਭੋਰਾ ਸਾਹਿਬ, ਭੋਰਾ ਸਾਹਿਬ ਲੈ ਕੇ ਚੱਲਦੇ ਹਾਂ ਤੁਹਾਨੂੰ। ਚਲੋ ਭੋਰਾ ਸਾਹਿਬ, ਭੋਰਾ ਸਾਹਿਬ ਦਿਖਾ ਕੇ ਲਿਆਉਣੇ ਆ। ਚਲੋ ਨਹੀਂ ਬੁਰਜ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ, ਅਤੇ ਆਪ ਭੋਰਾ ਸਾਹਿਬ 'ਚ ਮੱਥਾ ਟੇਕਿਆ ਜੀ। ਚਲੋ ਚੱਲਦੇ ਹਾਂ। ਬੁਰਜ ਦਾ ਗੇਟ ਬੰਦ ਪਿਆ ਜੀ, ਸਾਨੂੰ ਐਂ ਸੀ ਬੁਰਜ ਖੁੱਲ੍ਹਾ ਹੋਊਗਾ, ਸਾਨੂੰ ਦਰਸ਼ਨ ਕਰਾ ਦਾਂਗੇ, ਪਰ ਇਹ ਵਿਸਾਖੀ ਵੇਲੇ ਹੀ ਖੁੱਲ੍ਹਦਾ ਸਾਨੂੰ ਪਤਾ ਲੱਗਿਆ। ਇੱਥੇ 35 ਲਿਖ ਗਈ। ਆ ਗਏ ਸੀਗੇ ਤਖ਼ਤ ਸਾਹਿਬ ਤੋਂ ਮੱਥਾ ਟੇਕ ਕੇ, ਹੁਣ ਇਦੂ ਬਾਅਦ ਹੁਣ ਥੋੜ੍ਹਾ ਚਿਰ ਪੈਂਦੇ ਹਾਂ, ਫਿਰ ਬਲੌਕ ਕਰਾਂਗੇ, ਫਿਰ ਮੰਜੀ ਸਾਹਿਬ ਚੱਲਾਂਗੇ ਸੇਵਾ ਕਰਨ, ਫਿਰ ਮਿਲਦੇ ਹਾਂ। ਮੰਜੀ ਸਾਹਿਬ ਦਾ ਨੈਕਸਟ ਬਲੌਗ 'ਚ ਦਿਖਾਵਾਂਗੇ। ਚਲੋ ਠੀਕ ਹੈ, ਬਾਏ ਸਾਰਿਆਂ ਨੂੰ।